लोक इंसाफ पार्टी का कोई वजूद ही नहीं सर, वो लोग बेइंसाफ पार्टी और खत्म हो जानी है एक दो दिन जो कांग्रेस से रल जानी है। देखियो तुसी कांग्रेस ना रल जाना उन्होंने। ਤੁਸੀਂ ਮੀਡੀਆ ਵਿੱਚ ਸਬੂਤ ਦੇ ਰਹੇ ਹੋ ਤੇ ਨਾ ਤੁਸੀਂ ਪੁਲਿਸ ਨੂੰ ਸਬੂਤ ਦੇ ਰਹੇ ਹੋ, ਕਿੱਦਾਂ ਇੱਕ ਮਿੰਟ ਸਵਾਲ ਪੂਰਾ ਹੁੰਦਾ, ਕਿੱਦਾਂ ਸਾਨੂੰ ਪਤਾ ਲੱਗੇਗਾ ਜਿਹੜਾ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਸਹੀ ਹੈਗੇ ਨੇ, ਪੁਲਿਸ ਨੂੰ ਕਿੱਦਾਂ ਪਤਾ ਲੱਗੇਗਾ ਜਿਹੜਾ ਤੁਸੀਂ ਐਲੀਗੇਸ਼ਨ ਜਿਹੜੇ ਪਹਿਲਾਂ ਐਲੀਗੇਸ਼ਨ ਲੱਗੇ ਉਹ ਲੱਗ ਵਾਲੇ ਤੁਸੀਂ ਬਾਅਦ ਚੋਂ ਗੱਲ ਕਰਦੇ ਹੋ, ਧਮਕੀਆਂ ਆ ਰਹੀਆਂ ਨੇ ਜਾਂ ਪੈਸੇ ਦਾ ਲੈਣ ਦੇਣ ਹੋ ਰਿਹਾ ਵਾ, ਉਹ ਕਿੱਦਾਂ ਅਸੀਂ ਕਰਾਂਗੇ ਵੀ ਹਾਂ ਉਹ ਸੱਚ ਬੋਲ ਰਹੇ ਹੋ ਤੁਸੀਂ? ਪੀ ਮੈਡਮ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ ਮੈਂ? ਕਿ ਨਹੀਂ ਮੈਂ ਸੰਤੁਸ਼ਟ ਨਹੀਂ, ਕਿਉਂਕਿ ਉਹ ਕਹਿ ਰਹੇ ਨੇ ਕਿ ਭਾਬੀ ਤੇ ਬੇਟਾ ਨਹੀਂ ਮੰਨਦੇ। ਇੰਟੈਲੀਜੈਂਟ ਆਫੀਸਰ ਦਾ ਕਾਰਨ ਇਹ ਹੈ ਕਿ ਉਹ ਮਨਾਉਣਗੇ ਉਹਨਾਂ ਨੂੰ, ਮੈਂ ਥੋੜ੍ਹੀ ਮਨਾਉਂਗੀ। ਅਤੇ ਕਦੇ ਕਹਿੰਦੇ ਨੇ ਕਿ ਅਸੀਂ ਉਹਨਾਂ ਦੀ ਗਰਦਨ ਫੜ ਕੇ ਥੋੜ੍ਹੀ ਮਨਾਈਏ, ਫਿਰ ਮੇਰੀ ਗਰਦਨ ਫੜ ਕੇ ਜੇਲ੍ਹ 'ਚ ਪਾ ਦਿਓ ਮੈਨੂੰ। ਜੇ ਮੇਰੇ ਤੁਹਾਨੂੰ ਲੱਗਦਾ ਕਿ ਉਹ ਸੱਚਾ ਵਾ ਤਾਂ ਮੈਨੂੰ, ਮੈਂ ਝੂਠ ਇਲਜ਼ਾਮ ਲਗਾ ਰਹੀ ਹਾਂ, ਮੈਂ ਇੰਨੇ ਪ੍ਰੂਫ ਦੇਤੇ ਸਭ ਕੁਝ ਝੂਠ ਹੈ ਤਾਂ ਮੈਨੂੰ ਜੇਲ੍ਹ 'ਚ ਸੁੱਟ ਦਿਓ ਫਿਰ। ਕਮਿਸ਼ਨਰ ਅਤੇ ਮੰਤਰੀ ਆਸ਼ੂਰੀ ਫੋਟੋ ਦਾ ਕੀ ਅਸੀਂ ਸਮਝੀਏ ਮਤਲਬ? ਸਰ ਕਮਿਸ਼ਨਰ ਸਰ ਤਾਂ ਇਸ ਲਈ ਕਿਉਂਕਿ ਕਾਰਵਾਈ ਨਹੀਂ ਹੋ ਰਹੀ ਸਰ ਇੱਥੇ, ਭਾਰਤ ਭੂਸ਼ਣ ਆਸ਼ੂ ਇਹਨਾਂ ਦੀ ਹੈਲਪ ਕਰਦੇ ਪਏ, ਇਹਨੂੰ ਬਚਾ ਰਹੇ ਨੇ, ਪੋਲੀਟੀਕਲੀ ਪ੍ਰੈਸ਼ਰ ਪਾ ਰਹੇ ਨੇ, ਪੁਲਿਸ 'ਤੇ ਵੀ ਪਾ ਰਹੇ, ਪ੍ਰਸ਼ਾਸਨ 'ਤੇ ਵੀ ਪਾ ਰਹੇ। ਪਹਿਲੀ ਵਾਰ ਮੀਡੀਆ ਵਿੱਚ ਆਇਆ ਸਾਰਾ ਮਾਮਲਾ, ਪਹਿਲੀ ਵਾਰ ਆਇਆ ਤਾਂ ਅਕਾਲੀ ਦਲ, ਬੀਜੇਪੀ ਸਾਰੀਆਂ ਪਾਰਟੀਆਂ ਸਿਆਸੀ ਧਿਰਾਂ ਆ ਕੇ ਤੁਹਾਡੇ ਨਾਲ ਖੜੀਆਂ, ਇੱਥੇ ਵੱਡੇ ਧਰਨੇ ਲੱਗੇ ਨੇ, ਵੱਡੀਆਂ ਮੈਂ ਕਿਸੇ ਨਾਲ ਗੱਲਾਂ ਮਾਰੀਆਂ ਇੱਥੇ ਲੀਡਰਾਂ ਨੇ ਆ ਕੇ, ਅੱਜ ਤੁਸੀਂ ਇੱਥੇ ਇਕੱਲੇ ਖੜੇ ਨਜ਼ਰ ਆਏ, ਤੁਹਾਡਾ ਪੁੱਤਰ ਨਾਲ ਖੜਾ ਵਾ, ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਉਸ ਟਾਈਮ ਪੰਪਿੰਗ ਕੀਤਾ ਗਿਆ, ਤੁਹਾਨੂੰ ਪੰਪ ਦੇ ਕੇ ਅੱਗੇ ਪਤੋਰਿਆ ਗਿਆ ਤੇ ਅੱਜ ਸਾਰੇ ਪਿੱਛੇ ਹਟ ਗਏ ਨੇ? ਸਰ ਇੱਥੇ ਧਰਨਾ ਉਦੋਂ ਤੱਕ ਲੱਗੂਗਾ ਜਦ ਤੱਕ ਕਾਰਵਾਈ ਨਹੀਂ ਕਰਦੇ। ਹੋ ਸਕਦਾ, ਮੈਨੂੰ ਨਹੀਂ ਪਤਾ ਮੈਂ ਕਦੇ ਇੱਥੇ ਬਹਿ ਕੇ ਸੁਸਾਈਡ ਕਰਾਂ ਇੱਥੇ, ਕਿਉਂਕਿ ਮੈਂ ਸਾਰੇ ਪਾਸੇ ਖਤਮ ਕਰਤਾ ਉਹ ਬੰਦੇ ਨੇ ਮੈਨੂੰ। ਨਸ਼ਲ ਹੁੰਦੀਆਂ ਨੇ, ਸੋਸ਼ਲ ਮੀਡੀਆ 'ਤੇ ਖਬਰਾਂ ਆਉਂਦੀਆਂ ਨੇ ਤਾਂ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਦੇ ਨੇ, ਉਹਦੇ ਵਿੱਚ ਮੈਂ ਸਿੱਧੇ ਤੌਰ 'ਤੇ ਕਹੂੰਗਾ ਤੁਹਾਡੇ ਹੱਕ ਵਿੱਚ ਕਮੈਂਟਸ ਘੱਟ ਆਉਂਦੇ ਨੇ, ਵਿਧਾਇਕ ਬੈਂਸ ਦੇ ਹੱਕ ਵਿੱਚ ਕਮੈਂਟਸ ਜ਼ਿਆਦਾ ਉਹਨੂੰ ਤੂੰ ਜਦੋਂ ਨਾਮ ਆ ਜਾਂਦਾ ਵਰਸਿਸ ਬਲਵਿੰਦਰ ਸਿੰਘ ਵਰਸਿਸ ਭਾਰਤ ਭੂਸ਼ਣ ਆਸ਼ੂ, ਉਹਨਾਂ ਨੂੰ ਦਿਸਣੋਂ ਹਟ ਜਾਂਦਾ ਜਿਹੜੇ ਜੁਡੀਸ਼ੀਅਲ ਸਿਸਟਮ ਹੈਗਾ, ਹਾਈ ਕੋਰਟ ਦੇ ਜੱਜਾਂ ਨੂੰ ਦਿਸਣੋਂ ਹਟ ਜਾਂਦਾ, ਤੁਸੀਂ ਕੀ ਉਮੀਦ ਰੱਖਦੇ ਹੋ ਇੱਥੇ? ਕੁਛ ਨਹੀਂ ਹੈਗਾ ਇੱਥੇ, ਸਭ ਜਿਹੜਾ ਸਿਸਟਮ ਕਲੈਪਸ ਹੋ ਚੁੱਕਿਆ, ਜਦੋਂ ਨੋ ਕੋਰਟਸ ਨੋ ਜਸਟਿਸ, ਕਿਸੇ ਬੰਦੇ ਵਾਸਤੇ ਜਸਟਿਸ ਨਹੀਂ, ਜੇ ਔਰਤ ਨਹੀਂ ਤਾਂ ਇਸ ਤਰ੍ਹਾਂ ਰੁਲਦੀਆਂ ਫਿਰਦੀਆਂ ਹੁਣ ਸੜਕਾਂ 'ਤੇ, ਜੇ ਜਸਟਿਸ ਹੋਵੇ ਇੱਥੇ ਕੋਈ ਪੋਲੀਟੀਕਲ ਸਿਸਟਮ ਦਾ ਆਪਣੇ ਕੋਈ ਬੈਨੀਫਿਟ ਹੋਣਗੇ, ਅਸੀਂ ਤਾਂ ਹੀ ਆਏ ਹਾਂ, ਇਕੱਲੀ ਨਾ ਹੋਵੇ ਇਹ, ਇਸ ਕਰਕੇ ਆਏ, ਅਸੀਂ ਹੁਣ ਤੱਕ ਨਹੀਂ ਆਏ ਕਿ ਆਪ ਇੱਕ ਮਰਿਆਦਾ ਵਿੱਚ ਹੈ, ਚਲੋ ਵੀ ਆਪਣੀ ਨੌਕਰੀ ਅਜੇ ਹੈਗੀ ਹੈ ਮੈਂ ਜੋਬ ਦੇ ਵਿੱਚ, ਪਰ ਕਿੰਨਾ ਚਿਰ ਅਸੀਂ ਮਰਿਆਦਾ ਵਿੱਚ ਰਹਾਂਗੇ? ਜਦੋਂ ਇਸ ਤਰ੍ਹਾਂ ਲੋਕ ਧੱਕੇ ਰਹਿਣਗੇ ਕੋਈ ਗੱਲ ਨਹੀਂ, ਜਿਹੜੀ ਮੇਰੇ ਖਿਲਾਫ ਇਹਨਾਂ ਨੇ ਕਾਰਵਾਈ ਕਰਨੀ ਮੈਂ ਬਿਲਕੁਲ, ਜੇ ਇਹ ਖੁਦ ਖੜੀ ਹੈ ਅਸੀਂ ਇਹਦੇ ਨਾਲ ਖੜੇ। ਇਹਨਾਂ ਨੂੰ ਕਮਿਟਮੈਂਟ ਤਾਂ ਇਹ ਹੋਈ ਕਿ ਕਾਂਗਰਸ ਵਿੱਚ ਸ਼ਾਮਿਲ ਹੋਣਗੇ, ਬਾਕੀ ਬੜੇ ਬੇਈਮਾਨ ਔਰ ਮਤਲਬ ਧੋਖੇਬਾਜ ਬੰਦੇ, ਕੋਈ ਉਮੀਦ ਨਹੀਂ ਹੈਗੀ। ਆਸ਼ੂ ਆਪ ਇਹੀ ਕਰਦਾ ਰਿਹਾ, ਜਦੋਂ ਸੁਖਬੀਰ ਦਾ ਇੱਥੇ ਗੌਰਮੈਂਟ ਸੀਗੀ ਉਦੋਂ ਉਹਨੂੰ ਕਹਿੰਦਾ ਰਿਹਾ ਮੈਂ ਅਕਾਲੀ ਦਲ 'ਚ ਆਊਂਗਾ ਤਾਂ ਨਹੀਂ ਆਇਆ, ਇਹਨਾਂ ਦੀ ਕਿਹੜਾ ਗਰੰਟੀ ਹੈਗੀ ਹੈ? ਸਾਰੇ ਇਕੱਠੇ ਨੇ ਬਿਲਕੁਲ, ਇਹਨਾਂ 'ਚ ਕੋਈ ਅਲੱਗ ਅਲੱਗ ਨਹੀਂ ਹੈਗੇ। ਦੇਖੋ ਇਹ ਨੇ ਔਰਤ ਨੇ ਬਹੁਤ ਵੱਡਾ ਇੱਕ ਹੌਸਲੇ ਵਾਲਾ ਕੰਮ ਕੀਤਾ, ਬਹੁਤ ਲੋਕ ਹੋਰ ਵੀ ਪੀੜਤਾ ਕੋਈ ਬੋਲਿਆ ਨਹੀਂ ਹੈਗਾ, ਪਰ ਮੈਂ ਕਿਹਾ ਇਹਦੀ ਦਾਦਰ ਨੇ ਇਹਦੀ ਹਿੰਮਤ ਦੀ ਜਿਹੜੀ 2.5 ਮਹੀਨੇ ਤੋਂ ਲੜੀ ਜਾ ਰਹੀ ਹੈ, ਇਸ ਕਰਕੇ ਖੜੇ ਹਾਂ ਵੀ ਕਿਤੇ ਡਿੱਗਣਾ ਪਵੇ। ਹੁਣ ਮੈਂ ਕਿਉਂ ਇਸ ਕਰਕੇ ਚੱਲ ਗਿਆ ਕਿ ਇਹਨੂੰ ਹੁਣ ਮਤਲਬ ਹਰਾਉਣ 'ਤੇ ਲੱਗੇ ਹੋਏ ਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ। ਪ੍ਰਾਈਮ ਉਹਦੇ ਦੇਖਦੇ ਸਰ, ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਇੰਦਰਪਾਲ ਸਿੰਘ ਤੁੰਨਾ। ਪਿਛਲੇ ਕੁਛ ਮਹੀਨੇ ਪਹਿਲਾਂ ਵਿਧਾਇਕ ਸਿਮਰਜੀਤ ਬੈਂਸ ਉੱਤੇ ਇੱਕ ਮਹਿਲਾ ਵੱਲੋਂ ਬਲਾਤਕਾਰ ਦੇ ਦੋਸ਼ ਲਗਾਏ ਗਏ ਸਨ, ਹਾਲਾਂਕਿ ਪੁਲਿਸ ਨੇ ਕੰਪਲੇਂਟ ਲੈ ਕੇ ਜਾਂਚ ਜਿਹੜੀ ਜਾਰੀ ਕਰ ਦਿੱਤੀ ਸੀ। ਮਹਿਲਾ ਵਾਰ ਵਾਰ ਪੁਲਿਸ ਕਮਿਸ਼ਨਰ ਦੇ ਗੇੜੇ ਮਾਰ ਰਹੀ ਹੈ, ਪਰ ਮਹਿਲਾ ਦਾ ਦੋਸ਼ ਹੈ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਸਾਡੇ ਨਾਲ ਖੜੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ ਕਾਫੀ ਵਾਰ ਅੱਗੇ ਵੀ ਆਏ ਹੋ, ਅੱਜ ਦੀ ਖਾਸ ਤੌਰ 'ਤੇ ਇੱਥੇ ਧਰਨਾ ਲਾ ਕੇ ਬੈਠੇ ਹੋ, ਕੀ ਕਾਰਨ ਹੈਗਾ? ਇਨਵੈਸਟੀਗੇਸ਼ਨ ਤਾਂ ਚੱਲ ਰਹੀ ਹੈ। ਸਰ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਤਾਂ ਹੁਣ ਤੱਕ ਕਿਸੇ 'ਤੇ ਕਾਰਵਾਈ ਹੋਈ ਹੁੰਦੀ ਨਾ? ਇਨਵੈਸਟੀਗੇਸ਼ਨ ਬੜੀ ਸਲੋਅ ਚੱਲ ਰਹੀ ਹੈ, ਕੋਈ ਕਾਰਵਾਈ ਨਹੀਂ ਹੋ ਰਹੀ ਕਿਸੇ 'ਤੇ ਵੀ, ਸਾਰੇ ਹੋਮੀ ਘੁੰਮ ਰਹੇ ਨੇ, ਕਿਸੇ 'ਤੇ ਵੀ ਕੋਈ ਐਕਸ਼ਨ ਨਹੀਂ ਹੋਇਆ ਅਜੇ ਤੱਕ ਸਰ। ਮੈਮ ਤੁਸੀਂ ਆਹ ਤਖਤੀ ਫੜੀ ਹੋਈ ਹੈ, ਇਹਦੇ ਵਿੱਚ ਖਾਸ ਤੌਰ 'ਤੇ ਕਮਿਸ਼ਨਰ ਸਾਹਿਬ ਦੀ ਫੋਟੋ ਵੀ ਹੈਗੀ ਆ, ਵਿਧਾਇਕ ਬੈਂਸ ਦੀ ਫੋਟੋ ਵੀ ਹੈ, ਮੰਤਰੀ ਆਸ਼ੂ ਦੀ ਫੋਟੋ ਵੀ ਹੈਗੀ, ਇਹਦਾ ਕੀ ਕਾਰਨ ਸਮਝ ਕੀ ਮੰਨੀਏ? ਕਮਿਸ਼ਨਰ ਅਤੇ ਮੰਤਰੀ ਆਸ਼ੂ ਦੀ ਫੋਟੋ ਦਾ ਕੀ ਅਸੀਂ ਸਮਝੀਏ ਮਤਲਬ? ਸਰ ਕਮਿਸ਼ਨਰ ਸਰ ਤਾਂ ਇਸ ਲਈ ਕਿਉਂਕਿ ਕਾਰਵਾਈ ਨਹੀਂ ਹੋ ਰਹੀ ਸਰ ਇੱਥੇ, ਕੋਈ ਕਾਰਵਾਈ ਨਹੀਂ ਹੋ ਰਹੀ। ਕਿਉਂ ਸਲੋਅ ਹੋ ਰਹੀ ਹੈ? ਇੰਨੀ ਸਲੋਅ ਹੋ ਰਹੀ ਹੈ ਕਿ 2.5 ਮਹੀਨੇ ਲੱਗ ਗਏ, ਕਿਸੇ 'ਤੇ ਕੋਈ ਐਕਸ਼ਨ ਨਹੀਂ ਹੋਇਆ। ਭਾਰਤ ਭੂਸ਼ਣ ਆਸ਼ੂ ਇਹਨਾਂ ਦੀ ਹੈਲਪ ਕਰਦੇ ਪਏ, ਇਹਨੂੰ ਬਚਾ ਰਹੇ ਨੇ, ਪੋਲੀਟੀਕਲੀ ਪ੍ਰੈਸ਼ਰ ਪਾ ਰਹੇ ਨੇ, ਪੁਲਿਸ 'ਤੇ ਵੀ ਪਾ ਰਹੇ, ਪ੍ਰਸ਼ਾਸਨ 'ਤੇ ਵੀ ਪਾ ਰਹੇ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਜਿਹੜੇ ਵਿਧਾਇਕ ਸਿਮਰਜੀਤ ਬੈਂਸ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਅਤੇ ਕਾਂਗਰਸ ਪਾਰਟੀ ਉੱਤੇ ਵੱਡੇ ਐਲੀਗੇਸ਼ਨ ਲਗਾਉਂਦੇ ਨੇ, ਮੈਂ ਕਹਿ ਸਕਦਾ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ, ਤਾਂ ਇਹ ਤਾਂ ਮੌਕਾ ਸੀਗਾ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਬੈਂਸ ਨੂੰ ਇੱਕ ਤਰ੍ਹਾਂ ਨਾਲ ਇਸ ਕੇਸ ਦੇ ਵਿੱਚ ਉਲਝਾ ਲੈਂਦੇ, ਪਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਮਦਦ ਕਰ ਰਹੀ ਹੈ ਸਰਕਾਰ? ਸਰ ਭਾਰਤ ਆਸ਼ੂ ਨਾਲ ਇਹਨਾਂ ਦੀ ਇੱਕ ਗੱਲ ਹੈ, ਅਤੇ ਕਾਂਗਰਸ ਹੀ ਇਹਨਾਂ ਨੂੰ ਬਚਾ ਰਹੀ ਹੈ, ਇੱਕ ਪਾਰਟੀ ਹੈ ਜਿਹੜੀ ਇਹਨਾਂ ਨੂੰ ਬਚਾ ਸਕਦੀ ਹੈ। ਹੁਣ ਇਹ ਸਾਰੇ ਲੋਕ ਇਨਸਾਫ਼ ਪਾਰਟੀ ਖਤਮ ਕਰਕੇ ਇਹਨਾਂ ਨੇ ਕਾਂਗਰਸ ਦੇ ਨਾਲ ਹੀ ਜੁਆਇਨ ਹੋਣਾ, ਅਤੇ ਕਾਂਗਰਸ ਦੇ ਨਾਲ ਹੀ ਅਗਲੀ ਇਲੈਕਸ਼ਨ ਲੜਨਗੇ।
ढाई महीने हो गए सर। जो तुम पिछली बार जो सीएम साहब ने आना से लुधियाने आना से हालांकि आए नहीं है उदो भी तुम आए थे उदो भी गल की कोई थोड़ू रिकॉर्डिंग्स वगैरह भी है जिसे आधार पर थोड़ू पैसे लैन देन का थोड़ा लालच भी दे रहे हैं उस तो बाद भी कोई अजि गलबात हुई है? हाँ जी सर उस तो बाद भी हुई है जिन्होंने मेरी हेल्प की उन्होंने भी कहें कि थोड़ी भी जान को खतरा है जो इन पैर फट के मनाओ जिदा मर्जी मनाओ तो इस तरह जो लालच देकर मनाओ जो प्रूफ ने जो पैसे लालच की गल हो गया धमके की गल हो गई सब पुलिस को मुहैया कराई जी नहीं मैं कोर्ट से दूंगी क्योंकि पुलिस ने जिन्नी रिकॉर्डिंग्स वायरल हुई हैं कुछ तो कार्रवाई हुई नहीं फिर आप कोर्ट में देवे इन्वेस्टिगेशन मांग रहे हो पुलिस तो इंसाफ मांग रहे हो पुलिस को सबूत देने पैणगे ना फिर पुलिस ने काफ़ी सबूत दिए हैं उन्होंने तो काम होया नहीं अजे तक ढाई महीने हो गया सर ना सबूत जनतक नहीं कर रहे ना तुम मीडिया में सबूत दे रहे हो तो ना तुम पुलिस को सबूत दे रहे हो कि एक मिनट सवाल पूरा होंगे कि सूँ पता लगेगा जो तुम एलीगेशन ला रहे हो सही है पुलिस को कि पता लगेगा जो तुम एलीगेशन जो पहला एलीगेशन लग गए लग वाले तुम बाद गल करते हो धमकियां आ रही ने या पैसा लैन देन हो रहा वा वो कि असं करा भी हाँ वो सच बोल रहे हो तुम सर सच बोल रही सुना के सुनाई हुई है मैं पुलिस मैडम को ADCP मैडम ने रिकॉर्डिंग सुनाई हुई है पर मैं देनी इसलिए नहीं क्योंकि पहला वाली रिकॉर्डिंग से कोई कार्रवाई नहीं हुई तो एविडेंस खराब मेरे एविडेंस और भी खत्म हो सकते हैं इस करके मैं कोर्ट ची दूंगी और इस केस तो बाद मीडिया में थोड़ा एक मीडिया से आस भी मीडिया साढ़े नाल तुरेगा क्योंकि मीडिया चौथा थम हुंदा लोकतंत्र थोड़ा आस भी मीडिया साड़ी मदद करेगा पर जो थोड़ा नहीं लगता तुम सबूत जो तुम इन्ना कुछ करके मीडिया में आ चुके हो थोड़ा लगता सबूत मीडिया से दे दवो उस चीज़ का थोड़ा बेनीफिट मिल सकता थोड़ा जोड़ा केस आ मजबूत हो सकता वा। हाँ जी सर मैं अपने वकील ने गल करके कोर्ट कर दूंगी वायरल जी। सो जो जो पहली बार मीडिया में आए सारा मामला पहली बार आया तो अकाली दल BJP सारिया पार्टियां सियासी धर आके थोड़े नाल खड़ गई इतने व्डे धरने लगे ने व्डिया मैं कह सकता गल्लां मारियां इतने लीडर ने आके अज तुम इतने कल्ले खड़े नजर आए थोड़ा पुत्र नाल खड़ा वा थोड़ा नहीं लगता भी थोड़ा उस टाइम पंपिंग किया गया थोड़ा पंप दे के अगे तोरिया गया तो अब सारे पिछले हट गए सर पंप तो मैंने ता दिता होंगे जी मेरे पहला मिले होंगे मैंने तो बाद मिले ने बाद धरने दिए उन्होंने मेरी कंप्लेट तो बाद पंपिंग तो मानते जो मैंने पहला मिले होंगे लोग इंसाफ पार्टी वार बार फोटो वायरल कर दी जो लोग थोड़े ना उस टाइम से जी ये देखो अकाली दल का बंदा जी कांग्रेस पार्टी का बंदा वा लोग इंसाफ पार्टी का कोई वजूद ही नहीं सर वो लोग बेइंसाफ पार्टी खत्म हो जानी एक दो दिन चो कांग्रेस ही रल जानी है देखियो तुम कांग्रेस ना रल जाना उन्होंने इतने बैठे से DCP साहब इतने आए थे तुम अंदर भी लैके गए ने की थोड़ा अंदर गलबात हुई है की कहते हैं अंदर वो सर DCP सर कहते हैं कि तुम ADCP मैडम की कार्रवाई तो संतुष्ट हो मैं क्या नहीं मैं संतुष्ट नहीं क्योंकि वो कह रहे हैं कि भाभी तो बेटा नहीं मानते इंटैलीजेंट ऑफिसर का कारण यह है कि वो मनाएंगे उन्होंने मैं थोड़ी मनाऊंगी तो कभी कहें कि असं उन्होंने गर्दन फटके थोड़ी मनाइए फिर मेरी गर्दन फटके जेल च पा दो मैनू जे मेरे तुम्हें लगता कि वो सच्चा वा तो मैं झूठ इल्जाम लगा रही हूँ मैं इन्ने प्रूफ देते हैं सब कुछ झूठा तो मैंने जेल से सुट दो फिर उही गल ते आऊंगा सबूत मैं ना काफ़ी लग रहा जी जो इन्वेस्टिगेशन क्योंकि एक MLA आम व्यक्ति कानून सारे लिए बराबर आ एक MLA इस तरह केस ना अंदर कर देना बाद चो सच्चे झूठे कोई दोष पाए जाने वड्डी वड्डी एक सरकार उत्ते भी गल आ जाती देखो जी इन्होंने बदला लैन पिछे MLA अंदर करता पुलिस सबूत आधार पर गल करती है ना कानून सब लिए बराबर नहीं है सर इतने पैसा बराबर आ पोलीटिकल प्रैशर बराबर हैगा आ पोलीटिकल प्रैशर सब तो उपर आते पैसा हो सकता की पता कि पैसा चढ़िया हो कमलजीत करवल भी आए थे धुर विरोधी ने हूँ पहला नाल से विधायक बैंसल करवल हो भी थोड़ी कोई गलबात हुई है? हाँ जी सर वो इतने CP सर मिलने आए थे तो मैं उन्होंने कहा कि मेरे नाल खड़ जाओ कहते कि मैं CP सर मिल लूँगा बाकी काम प्रशासन का है हम तुम दसो प्रशासन के नाल लड़न वास्ते भी तो मेरे नाल कोई होना चाहिए ना मेरे नाल कोई खड़े तो सही कोई कोई भी नहीं खड़ता है ना इस केस को लेकर अदालत में तो तुम गए हो कोई महिला कमिश्नर नाल कोई गलबात हुई थोड़ी पंजाब महिला कमिश्नर या भारत सरकार के कोई महिला कमिश्नर गलबात हुई है? नहीं सर किसी नाल नहीं किसी नाल नहीं कोई उधर जाने का कोई इरादा है थोड़ा जी सर जे हम इंसाफ नहीं मिलता तो फिर भी रास्ता अपनाऊंगी फिर अगर थोड़ा की स्टैप है इतने कितना देर धरना लागे बैठोगे सर इतने धरना उदों तक लगेगा जब तक कार्रवाई नहीं करते हो सकता मैंने नहीं पता मैं कद इतने बह के सुसाइड करा इतने क्योंकि मैं सारे पास खत्म करता वो बंदे ने मैनू सानू फाइनैशियली पहला खत्म किया साडा कारोबार बंद कराया बंदे ने फिर सानू मैनू उदा परसनली उन्हें फिर मैंने अपने ऑफिस बलाबला खराब किया मेरे पैसे से मैं कड़ा जेब चो मंगती सी डीलर नू पैसे उन्हें उदों दिते जो जो मैं ऑफिस गई हाँ तो उन्होंने इशारा करता से तो पैसे दिता से यदा की मतलब सगा ये चीज़ का ना ये तो फिर इन्हें पोलीटल अपनी पोलीटल स्टेटस का नजायज़ फायदा उठाया ना मैम जो खबर थोड़िया नशर होंगे ने सोशल मीडिया से खबर आदि ने तो लोग तरह तरह के कमेंट्स करते हैं और मैं सीधे तौर पर कहूँगा थोड़े हक में कमेंट्स घट आते हैं विधायक बैंस के हक में कमेंट्स ज्यादा आते किमें देखते हो क्योंकि सर ये खरीदे हुए बंदे ने सारे जो तुम उन्होंने वेरीफाई कराओ बंदे कि करैक्टर तो चेक कराओ उन्होंने कहे जे ने बंदे वो बंदे कोई सही नहीं हो सकते उन्होंने घर धियां भैन नहीं होनी उन्होंने को वेरीफाई तो कर लो पहला तुम गलत कमेंट करने तो पहला कि कौन गलत है कौन ठीक है
ਫਿਰ ਕਮੈਂਟਿੰਗ ਸੀਪੀ ਸਾਹਿਬ ਨੂੰ ਲਾਸਟ ਟਾਈਮ ਕਦੋਂ ਮਿਲੇ ਤੁਸੀਂ ਸਰ ਸੀਪੀ ਸਰ ਨੂੰ ਮੈਂ ਲਾਸਟ ਟਾਈਮ ਪਰਸੋਂ ਕੱਲ ਮਿਲ ਕੇ ਗਈ ਹਾਂ ਤੁਸੀਂ ਅੱਜ ਸੀਪੀ ਸਾਹਿਬ ਨੂੰ ਮਿਲਣ ਆਏ ਸੀ ਜਾਂ ਤੁਸੀਂ ਧਰਨਾ ਲਾਉਣ ਆਏ ਸੀ ਇੱਥੇ ਕਿੱਦਾਂ ਸਰ ਅੱਜ ਮੈਂ ਉਹਨਾਂ ਨੂੰ ਮਿਲਣੀ ਸੀ ਪਰ ਮੈਨੂੰ ਕੋਈ ਕਾਰਵਾਈ ਸੰਤੁਸ਼ਟੀ ਨਹੀਂ ਆਈ ਕਾਰਵਾਈ ਦੇ ਵਿੱਚ ਬਹੁਤ ਡਿਲੇ ਹੋ ਰਿਹਾ 2.5 ਮਹੀਨੇ ਅੱਜ ਮਿਲੇ ਹੋ ਸੀਪੀ ਸਾਹਿਬ ਨੂੰ ਤੁਸੀਂ ਅੱਜ ਨਹੀਂ ਮਿਲੀ ਸਰ ਮੈਂ ਅੱਜ ਤੁਸੀਂ ਮਿਲਣਾ ਸੀ ਨਾ ਸੀਪੀ ਸਾਹਿਬ ਨੂੰ ਪਤਾ ਲੱਗਦਾ ਸੀਪੀ ਸਾਹਿਬ ਕੀ ਕਹਿੰਦੇ ਸਰ ਨੂੰ ਪਤਾ ਸਰ ਸਾਰਾ ਕੁਝ ਮੈਂ ਕੱਲ ਵੀ ਮਿਲ ਕੇ ਗਈ ਹਾਂ ਕਾਰਵਾਈ ਡਿਲੇ ਹੋ ਰਹੀ ਹੈ ਨਹੀਂ ਅਗਲੇ ਐਵੀਡੈਂਸ ਵੀ ਖਤਮ ਕਰ ਸਕਦੇ ਆ ਸਾਰੇ ਇੰਨੇ ਐਵੀਡੈਂਸ ਪ੍ਰੂਫ ਮੈਂ ਦੇਤੇ ਆ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਤੁਸੀਂ ਹੁਣ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਲਾ ਕੇ ਬੈਠੋਗੇ ਸਰ ਅਣਮਿੱਥੇ ਸਮੇਂ ਲਈ ਹੈ ਸੋ ਤੁਸੀਂ ਸੁਣਿਆ ਇਹ ਮਹਿਲਾ ਸਨ ਜਿਨ੍ਹਾਂ ਨੇ ਵਿਧਾਇਕ ਸਿਮਰਜੀਤ ਬੈਂਸ ਉੱਤੇ ਬਲਾਤਕਾਰ ਦੇ ਦੋਸ਼ ਲਗਾਏ ਸਨ ਸੋ ਇੱਥੇ ਬੈਠੇ ਨੇ ਵੱਡੇ ਦੋਸ਼ ਹੈ ਜਿਹੜੇ ਵਿਧਾਇਕ ਬੈਂਸ ਦੇ ਨਾਲ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਉਹਨਾਂ ਉੱਤੇ ਐਲੀਗੇਸ਼ਨ ਲਗਾ ਰਹੇ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਫੋਟੋ ਵੀ ਨਾਲ ਕੀਤੀ ਹੋਈ ਹੈ ਉਹਨਾਂ ਦਾ ਦੋਸ਼ ਹੈ ਵੀ ਵਿਧਾਇਕ ਬੈਂਸ ਨਾਲ ਮੰਤਰੀ ਆਸ਼ੂ ਮਿਲੇ ਹੋਏ ਨੇ ਇਸ ਕਰਕੇ ਜਿਹੜੀ ਕਾਰਵਾਈ ਹੈ ਠੰਡੀ ਚੱਲ ਰਹੀ ਹੈ ਕਾਨੂੰਨ ਸਾਰਿਆਂ ਲਈ ਇੱਕ ਨਹੀਂ ਹੈ ਵਿਧਾਇਕ ਵਾਸਤੇ ਕਾਨੂੰਨ ਅਲੱਗ ਹੈਗਾ ਵਾ ਆਮ ਵਿਅਕਤੀ ਵਾਸਤੇ ਅਲੱਗ ਹੈਗਾ ਸੋ ਸੁਸਾਈਡ ਦੀ ਇੱਕ ਧਮਕੀ ਦਿੱਤੀ ਹੈ ਮੈਡਮ ਨੇ ਵੀ ਸੁਸਾਈਡ ਕਰਨਗੇ ਇੱਥੇ ਬੈਠਣਗੇ ਅਣਮਿੱਥੇ ਸਮੇਂ ਲਈ ਜਿਹੜਾ ਧਰਨਾ ਇੱਥੇ ਉਹ ਲਾਉਣ ਦਾ ਉਹਨਾਂ ਨੇ ਐਲਾਨ ਕੀਤਾ ਸੋ ਇਸ ਸੰਬੰਧੀ ਗੱਲਬਾਤ ਕਰਨਗੇ ਮੰਤਰੀ ਆਸ਼ੂ ਹੁਣ ਦਾ ਵੀ ਗੱਲਬਾਤ ਕਰਨਗੀ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਕਿਉਂਕਿ ਐਲੀਗੇਸ਼ਨ ਵਾਰ ਵਾਰ ਉਹਨਾਂ ਤੇ ਲੱਗਦੇ ਨੇ ਵੀ ਵਿਧਾਇਕ ਬੈਂਸ ਨਾਲ ਉਹਨੇ ਸਾਂਝਗੰਠ ਕਰਕੇ ਇਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਸੋ ਅੱਜ ਜਿੱਥੇ ਮਹਿਲਾ ਆਈ ਸੀ ਵਿਧਾਇਕ ਬੈਂਸ ਤੇ ਬਲਾਤਕਾਰ ਦੋਸ਼ ਲਾਉਣ ਲਈ ਲਾਉਣ ਵਾਲੇ ਇੱਥੇ ਸੀਪੀ ਸਾਹਿਬ ਨੂੰ ਮਿਲਣ ਆਏ ਸੀ ਤਾਂ ਉੱਥੇ ਨਾਲ ਡੀਐਸਪੀ ਸੇਖੋਂ ਇੱਥੇ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕਿਵੇਂ ਦੇਖ ਰਹੇ ਹੋ ਸਾਰੇ ਮਾਮਲੇ ਨੂੰ ਐਲੀਗੇਸ਼ਨ ਲੱਗੇ ਵਿਧਾਇਕ ਬੈਂਸ ਤੇ ਕਾਫੀ ਸਮਾਂ ਹੋ ਗਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਕਹਿ ਰਹੀ ਇਨਵੈਸਟੀਗੇਸ਼ਨ ਹੋ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਸਰ 2.5 ਮਹੀਨੇ ਹੋ ਗਏ ਜੀ ਦੇਖ ਰਹੇ ਹਾਂ ਜੋ ਮਤਲਬ ਬੇੜਾ ਗਰਕ ਹੋਇਆ ਹੋਇਆ ਪੁਲਿਸ ਡਿਪਾਰਟਮੈਂਟ ਦਾ ਸਰਕਾਰ ਦਾ ਇਹਨਾਂ ਮੰਤਰੀਆਂ ਦਾ ਇਹਨਾਂ ਐਮਐਲਏ ਦਾ ਉਹ ਦੁਨੀਆ ਦੇ ਸਾਹਮਣੇ ਸਾਰਿਆਂ ਦੇ ਇੱਕ ਪੀੜ ਤੌਰ ਤੇ ਜਿਹੜੀ ਰੁਲਦੀ ਫਿਰਦੀ ਹੈ ਕੋਰਟਾਂ 'ਚ ਵੀ ਜਾ ਰਹੀ ਹੈ ਹਾਈ ਕੋਰਟ 'ਚ ਇਹਨੂੰ ਰਿਲੀਫ ਨਹੀਂ ਮਿਲੀ ਇੱਦਾਂ ਵਾਲੀਆਂ ਕੋਰਟਾਂ ਤਾਂ ਇਹਨਾਂ ਦੇ ਨਾਮ ਸੁਣ ਕੇ ਬੰਦ ਕਰ ਦਿੰਦੀਆਂ ਫਾਈਲਾਂ ਮੈਂ ਇਹਨੇ ਆਪਣੇ ਆਸ਼ੂ ਦੇ ਖਿਲਾਫ 156 ਦਿਨ ਦੀ ਕੰਪਲੇਂਟ ਪਾਈ ਹੋਈ ਹੈ ਇੱਕ ਸਾਲ ਹੋ ਗਿਆ ਤੱਕ ਸੰਮਣ ਤਮੀਲ ਨਹੀਂ ਹੋਏ ਅਤੇ ਇਹਨਾਂ ਕੋਰਟਾਂ ਤੋਂ ਕੀ ਉਮੀਦ ਕਰਦੇ ਅਸੀਂ ਇਸ ਕਰਕੇ ਇੱਥੋਂ ਕੋਈ ਉਮੀਦ ਨਹੀਂ ਹੈਗੀ ਇਹ ਲੋਕਾਂ ਦੀ ਪਬਲਿਕ ਦੀ ਆਵਾਜ਼ ਦੇ ਵਿੱਚ ਹੀ ਕੋਈ ਉਮੀਦ ਡੱਡੀ ਉਮੀਦ ਹੈ ਬਚੀ ਹੋਈ ਹੈ ਕਿ ਲੋਕਾਂ ਤੱਕ ਆਵਾਜ਼ ਜਾਵੇ ਅਤੇ ਲੋਕ ਇਕੱਠੇ ਹੋਣ ਜਿਵੇਂ ਕਿਸਾਨ ਅੰਦੋਲਨ ਖੜਾ ਹੋਇਆ ਉਸ ਤਰੀਕੇ ਨਾਲ ਹੀ ਇਹ ਜਿਹੜੇ ਲੋਕ ਕੁਰਸੀਆਂ 'ਤੇ ਬੈਠੇ ਹੈ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਇੱਕ ਇਸ ਆੜ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਜੋ ਧੱਕੇ ਹੋਣੇ ਚੱਲ ਰਹੇ ਆ ਇਹ ਸਾਰੇ ਬਹੁਤ ਵੱਡੇ ਵੱਡੇ ਨਿਲਾਮੀਆਂ ਗੌਰਮੈਂਟ ਦੀਆਂ ਜਾਇਦਾਦਾਂ ਦੀ ਨਿਲਾਮੀ ਸਭ ਕੁਝ ਮਤਲਬ ਉਹਦੇ ਆੜ 'ਚ ਕਰੀ ਜਾਂਦੇ ਕਿਉਂਕਿ ਸਭ ਦਾ ਧਿਆਨ ਉਸ ਪਾਸੇ ਹੈ ਇਵੇਂ ਇਹ ਮੁੱਦਾ ਹੈਗਾ ਇਹਨੂੰ ਮਤਲਬ ਬਿਲਕੁਲ ਲੁਕੋਇਆ ਔਰ ਡਰਾਇਆ ਜਾ ਰਿਹਾ ਹਰ ਤਰੀਕੇ ਨਾਲ ਇਹਨੂੰ ਮਤਲਬ ਲਾਲਚ ਦਿੱਤੇ ਗਏ ਹੈ ਤਕੜੇ ਤਕੜੇ ਬੰਦੇ ਇਹਦੀ ਸਪੋਰਟ 'ਤੇ ਆਏ ਸੀ ਉਹ ਖਰੀਦ ਲਏ ਗਏ ਆ ਮਿੰਨਤਾਂ ਕਰ ਲਈਆਂ ਗਈਆਂ ਇਹ ਬੈਂਸ ਜਿਹੜਾ ਹੈਗਾ ਇਹ ਇਹਨਾਂ ਦਾ ਤਾਂ ਸਾਰੇ ਪਰਿਵਾਰ ਦਾ ਕੰਮ ਹੀ ਇਹ ਹੈਗਾ ਨੇ ਸਾਰੇ ਭਰਾਵਾਂ 'ਤੇ ਇਸ ਤਰ੍ਹਾਂ ਦੀ ਐਲੀਗੇਸ਼ਨ ਹੈ ਲੋਕ ਜਿਹੜੇ ਹੈਗੇ ਆ ਹੋਰ ਵੀ ਔਰਤਾਂ ਜਿਹੜੀਆਂ ਹੋਈਆਂ ਜਿਸ ਦਿਨ ਇਹਦਾ ਕੇਸ ਰਜਿਸਟਰ ਹੋਇਆ ਇੱਥੇ 100 ਔਰਤ ਹੋਰ ਖੜੀ ਹੋਊਗੀ ਇਹਨਾਂ ਦੇ ਖਿਲਾਫ ਸੇਖੂ ਸਾਹਿਬ ਚਲੋ ਆਪਾਂ ਪੋਲੀਟੀਕਲ ਪ੍ਰੈਸ਼ਰ ਮੰਨ ਸਕਦੇ ਹਾਂ ਇਹਨਾਂ ਅਫਸਰਾਂ 'ਤੇ ਹੋ ਸਕਦਾ ਵਾ ਪਰ ਮਾਣਯੋਗ ਅਦਾਲਤ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਅਦਾਲਤ ਦੇ ਸਾਡੇ ਕਹਿੰਦੇ ਵੀ ਜੁਡੀਸ਼ਰੀ ਜਿਹੜੀ ਵਧੀਆ ਹੈਗੀ ਆ ਲੇਟ ਇਨਸਾਫ ਕਰਦੇ ਪਰ ਇਨਸਾਫ ਜ਼ਰੂਰ ਮਿਲਦਾ ਸਾਨੂੰ ਇੱਥੋਂ ਕੋਈ ਇਨਸਾਫ ਨਹੀਂ ਮਿਲਦਾ ਜੁਡੀਸ਼ਰੀ ਸਾਰੀ ਇੱਕੋ ਹੀ ਚੀਜ਼ ਹੈਗਾ ਜੋ ਇਹ ਸਿਸਟਮ ਹੈ ਉਹ ਹੀ ਜੁਡੀਸ਼ਰੀ ਹੈ ਕੋਈ ਉਮੀਦ ਨਾ ਰੱਖੋ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਨਾਮ ਆ ਜਾਂਦਾ ਵਰਸਿਸ ਬਲਵਿੰਦਰ ਸਿੰਘ ਵਰਸਿਸ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਜਿਹੜੇ ਜੁਡੀਸ਼ੀਅਲ ਸਿਸਟਮ ਹੈਗਾ ਹਾਈ ਕੋਰਟ ਦੇ ਜੱਜਾਂ ਨੂੰ ਦਿਸਣੋਂ ਹਟ ਜਾਂਦਾ ਤੁਸੀਂ ਕੀ ਉਮੀਦ ਰੱਖਦੇ ਹੋ ਇੱਥੇ ਕੁਛ ਨਹੀਂ ਹੈਗਾ ਇੱਥੇ ਸਭ ਜਿਹੜਾ ਸਿਸਟਮ ਕਲੈਪਸ ਹੋ ਚੁੱਕਿਆ ਜਿਹੜਾ ਨੋ ਕੋਰਟਸ ਨੋ ਜਸਟਿਸ ਕਿਸੇ ਬੰਦੇ ਵਾਸਤੇ ਜਸਟਿਸ ਨਹੀਂ ਜੇ ਔਰਤ ਨਹੀਂ ਤਾਂ ਇਸ ਤਰ੍ਹਾਂ ਰੁਲਦੀਆਂ ਫਿਰਦੀਆਂ ਹੁਣ ਸੜਕਾਂ 'ਤੇ ਜੇ ਜਸਟਿਸ ਹੋਵੇ ਇੱਥੇ ਕੋਈ ਜੀ ਸੋ ਮੈਂ ਉਹਨਾਂ ਨੂੰ ਵੀ ਸਵਾਲ ਕੀਤਾ ਜਦੋਂ ਇਹ ਪਹਿਲੀ ਵਾਰ ਇਹ ਮਾਮਲਾ ਲੈ ਕੇ ਪੁਲਿਸ ਕੋਲ ਲੈ ਕੇ ਜਾਂ ਮੀਡੀਆ ਵਿੱਚ ਆਏ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਪਿੱਛੇ ਆ ਕੇ ਖੜੀਆਂ ਹੋ ਗਈਆਂ ਅੱਜ ਇਹ ਇਕੱਲੇ ਨਜ਼ਰ ਆ ਰਹੇ ਭਾਵਾਂ ਕਿ ਤੁਸੀਂ ਇੱਥੇ ਅੱਜ ਹਾਜ਼ਰ ਹੈਗੇ ਪਰ ਇਕੱਲੇ ਨਜ਼ਰ ਆ ਰਹੇ ਮੈਨੂੰ ਅੱਜ ਇੱਥੇ ਪੋਲੀਟੀਕਲ ਸਿਸਟਮ ਦਾ ਆਪਣੇ ਕੋਈ ਬੈਨੀਫਿਟ ਹੋਣਗੇ ਅਸੀਂ ਤਾਂ ਹੀ ਆਏ ਹਾਂ ਇਕੱਲੀ ਨਾ ਹੋਵੇ ਇਹ ਇਸ ਕਰਕੇ ਆਏ ਅਸੀਂ ਹੁਣ ਤੱਕ ਨਹੀਂ ਆਏ ਕਿ ਆਪ ਇੱਕ ਮਰਿਆਦਾ ਵਿੱਚ ਹੈ ਚਲੋ ਵੀ ਆਪਣੀ ਨੌਕਰੀ ਅਜੇ ਹੈਗੀ ਮੈਂ ਜੋਬ ਦੇ ਵਿੱਚ ਪਰ ਕਿੰਨਾ ਚਿਰ ਅਸੀਂ ਮਰਿਆਦਾ ਵਿੱਚ ਰਹਾਂਗੇ ਜਦੋਂ ਇਸ ਤਰ੍ਹਾਂ ਲੋਕ ਧੱਕੇ ਰਹਿਣਗੇ ਕੋਈ ਗੱਲ ਨਹੀਂ ਜਿਹੜੀ ਮੇਰੇ ਖਿਲਾਫ ਇਹਨਾਂ ਨੇ ਕਾਰਵਾਈ ਕਰਨੀ ਮੈਂ ਬਿਲਕੁਲ ਜੇ ਇਹ ਖੁਦ ਖੜੀ ਹੈ ਤਾਂ ਅਸੀਂ ਇਹਦੇ ਨਾਲ ਖੜੇ ਇਹ ਤਾਂ ਕੋਈ ਮੇਰੇ ਕੋਲ ਲਾਜ ਨਹੀਂ ਕਿ ਮੈਂ ਇਹਨੂੰ ਖੜੀ ਰੱਖਾਂ ਠੀਕ ਹੈ ਇਹਦੇ 'ਤੇ ਕਿੰਨੇ ਪ੍ਰੈਸ਼ਰ ਨੇ ਕਿੰਨੇ ਲਾਲਚ ਹੈ ਕਿੰਨਾ ਡਰਾਵਾ ਦਿੱਤਾ ਜਾ ਰਿਹਾ ਇਹਨੂੰ ਜੇ ਉਹਨਾਂ ਚੀਜ਼ਾਂ ਨੂੰ ਸਰਵਾਈਵ ਕਰੂਗੀ ਤਾਂ ਅਸੀਂ ਲੋਕ ਇਹਦੇ ਨਾਲ ਖੜੇ ਤੁਸੀਂ ਇਹਨਾਂ ਮਾਮਲਾ ਚਲੋ ਇਹਨਾਂ ਨੇ ਪੁਲਿਸ ਕੋਲ ਐਵੀਡੈਂਸ ਦਿੱਤੇ ਹੋਏ ਨੇ ਸਬੂਤ ਦਿੱਤੇ ਨੇ ਤੁਹਾਨੂੰ ਵੀ ਕੁਝ ਦੱਸਿਆ ਇਹਨਾਂ ਨੇ ਕੇਸ ਬਾਰੇ ਸਬੂਤਾਂ ਬਾਰੇ ਦੱਸਿਆ ਤੁਹਾਨੂੰ ਜੋ ਸਬੂਤ ਉੱਥੇ ਦਿੱਤੇ ਗਏ ਉਹੀ ਸਾਨੂੰ ਪਤਾ ਸਬੂਤਾਂ ਦੀ ਲੋੜ ਹੀ ਨਹੀਂ ਹੁੰਦੀ ਹਾਲਾਂਕਿ ਕਈ ਵਾਰ ਮੀਡੀਆ ਵਿੱਚ ਕਿਤਨਾ ਕਰੋ ਕੋਈ ਗੱਲ ਨਹੀਂ ਆਉਂਦੀ ਤੁਹਾਨੂੰ ਕੋਈ ਗੱਲ ਜਾਣ ਕੇ ਕੋਈ ਹੋਰ ਦੱਸ ਰਿਹਾ ਨਾ ਵੀ ਸਬੂਤ ਪਾਰਟ ਆਫ ਇਨਵੈਸਟੀਗੇਸ਼ਨ ਹੁੰਦੇ ਨਹੀਂ ਰੇਪ ਕੇਸ ਦੇ ਵਿੱਚ ਕੋਈ ਕਾਨੂੰਨ ਹੀ ਨਹੀਂ ਹੈਗਾ ਇਹ ਕਾਨੂੰਨ ਵੱਖਰਾ ਬਣਾਇਆ ਗਿਆ ਇਹਦੇ ਵਾਸਤੇ ਇਸ ਔਰਤ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਜੇ ਕੋਈ ਰੇਪ ਦਾ ਇਲਜ਼ਾਮ ਹੈ ਉਹ ਤੇ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੀ ਪੁਲਿਸ ਸਵਾਲ ਲੂੰਗਾ
कोई अलग अलग नहीं है सारे इतों दी जो चोरियां ठगियां इकट्ठे ने। विधायक बैंस से मंत्री आसू का कोई आपस तालमेल होगा कोई कनैक्शन होगा पर मुख्यमंत्री खिलाफ तो विधायक बैंस बहुत बोलते हैं और मुख्यमंत्री के ध्यान च नहीं है क्यों नहीं कार्रवाई करते हैं वो नोट करो अच्कल नहीं बोलते जदों का रेप केस वाली गल चली हुई है हूँ बंद होया वे हूँ वो सिर पर कुंडा रखे हुआ है इस करके परचा दर्ज नहीं होया कि सीएम साहब ने कहा हुआ है भी यह परचा दर्ज नहीं होना चाहिए तो करके हूँ नहीं बोलते नोट कर लो पिछले दो तीन महीने तो बोले हूँ तो हूँ उनकी जबान बंद है जो मजबूरी हुई तो कांग्रेस ज्वाइन भी करनी। साहब इन्होंने मैडम एलीगेशन लगा रहे मैं धमकिया प्रैशर धमकिया की गल्ला भी करते हैं वो पैसा लालच की भी गल करते हैं पर एविडेंस कहने ना मैं हूँ तक पुलिस को दिता पुलिस किदा इनवैसटीगेट करूँ क्योंकि जो ये एविडेंस पुलिस को दिते जाएंगे तो केस होर मजबूत नहीं होगा। थोड़ी जानकारी दुरुस्त करते हैं इन्होंने केसों में कोई एविडेंस की लड़ नहीं होती मैं बार बार कहता असी इस पासे कहिंदे नहीं देखो इहने औरत ने बहुत वड्डा एक हौसले वाला काम कीता बहुत लोग होर भी पीड़ता कोई बोलिया नहीं हैगा पर मैं इसकी दद ने इहदी हिम्मत दी जिहड़ी ढाई महीने तो लड़ी जा रही है इस करके खड़े हैं भी कितने डिगना पवे हुण मैं क्यों इस करके चल के आया कि इहनूं हुण मतलब हराउण दे लगे हुए है ते असी कोशिश करांगे जिन्ने जोगे पंजाब पुलिस तुसीं भी रहे हो तो पंजाब पुलिस दी बहादुरी दीआं गल्लां बाहरले मुल्कां च हुंदीआं दूजीआं स्टेटां विच हुंदीआं ने पर जदों इहो जिहे मामले आउंदे तुहानूं लगदा पंजाब पुलिस दे सवालिया निशान लगदे ने। हुंदी सी कदे पंजाब पुलिस हुण कोई पंजाब पुलिस नाम दी संस्था खत्म हो गई है पहलां अकालियां दे राज खत्म होई है रहिंदी हुंदी है कांग्रेस दे राज खत्म हो गई है जुत्तियां च पाणी पीण दा जिहड़ा पॉलिटिशनां दे विच रिवाज है ते अपनी कुर्सियां की खातर जो भी वो कहें वो करी जाते हैं पंजाब पुलिस की संस्था बिल्कुल नहीं है मैं गवर्नमेंट के मैं कोई छड़ी नहीं हुई नौकरी है मैं ठीक है इन्होंने डेढ़ साल तो मैंने सस्पेंड किया हुआ अज तक डिसमिस नहीं कर सके मैं कहना करके विखाओ तो ये कमजोर और मतलब उन्होंने लोगों को यह दबाते जो इन्होंने दबदे है तो जिनका बड़ा अगे खड़ा हूँ सामने आप खड़ा मैं सामने कर लैन मैंने रेस्ट जरा करना मैं कहना धक्का कर रही है पुलिस कमिश्नर सब सारे बेईमान कट्ठे हुए इतने। थैंक यू सो तुम सुनिया इस डीएसपी सिखों जिन्हें ने एलीगेशन लगाए ने भी विधायक बैंस वास्ते कानून होर हैगा वा आम लोगों वास्ते कानून होर हैगा वा जिहड़े दोष लगाए गए ने इन्हां सबूतों की लोड़ नहीं होंगी कंप्लेंट आने के साथ जो परचा दर्ज है कार्रवाई जी शुरू कर दी जाती है पर पुलिस इन्वेस्टिगेशन के नाम से जांच के नाम से उत्ता सार या कोई भी जरा कहना चाहिए परचा वो परचा नहीं कर रही बार बार एलीगेशन फिर इन्होंने भी उही गल मंत्री आसू की गल करते हैं सरकार की गल करते हैं कोई ट्रांसपोर्टर की गल करते हैं भी आपसी मीटिंग करके भी इन्हों का समझौता भी हो चुका वड्डा ट्रांसपोर्टर किहड़ा वा पंजाब के लोग भी जानते लुधियाने के लोग भी जानते हैं सारे लोग जानते हैं वड्डे ट्रांसपोर्टर का विधायक बैंस ने जो पिछले रौला पिया डीएसपी सेखों गल करते हैं भी वह समझौता भी जोड़ा करके जो मामला से खत्म कर दिता गया। मैं इंद्रपाल सिंह धुना कैमरामैन अमृतपाल देखते रहो प्राइमो सत श्रीकाल।